ਸੋ ਮੇਰੇ ਨਾਲ ਮਨਜੀਤ ਕੌਰ ਮੈਮ ਮੈਮ ਵੈਲਕਮ ਟੂ ਰੇਡੀਓ ਸਿਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਸ ਡਰਾਈਵਰ ਮਨਜੀਤ ਕੌਰ ਜਿਲ੍ਹਾ ਤੋਂ ਬੋਲ ਰਹੀ ਹਾਂ ਸੋ ਇਹਨਾਂ ਦੇ ਬਾਰੇ ਅਗਰ ਗੱਲ ਕਰਾਂ ਤਾਂ ਇਹ ਐਂਬੂਲੈਂਸ ਚਲਾਉਂਦੇ ਨੇ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਡਿਊਟੀ ਕਰਦੇ ਨੇ ਤੁਸੀਂ ਮਤਲਬ ਜਦੋਂ ਜੋ ਗੱਡੀ 'ਚੋਂ ਨਿਕਲੇ ਹੋ ਸੋ ਮੈਂ ਆਵਾਜ਼ ਲਈ ਕਿ ਵਾਹ ਯਾਰ ਸੋ ਮੈਮ ਕਦ ਤੋਂ ਕਰ ਰਹੇ ਹੋ ਇਹ ਕੰਮ ਮੈਨੂੰ ਕਰੀਬ 11 ਵਾਰ ਸਭ ਹੋ ਗਿਆ ਬਸ ਲੰਬੇ ਓਕੇ ਸੋ ਇਸ ਕੰਮ ਦੇ ਕਰਨ ਦਾ ਮੇਨ ਜ਼ਰੀਆ ਕੀ ਸੀਗਾ ਮਤਲਬ ਕੀ ਫੋਕਸ ਸੀਗਾ ਤੁਹਾਨੂੰ ਸ਼ੌਕ ਸੀ ਕੀ ਸੀ ਪਹਿਲਾਂ ਸ਼ੌਕ ਸੀ ਅੱਜ ਮੇਰੀ ਮਜ਼ਬੂਰੀ ਹੈ ਅੱਜ ਮਤਲਬ ਕਿ ਜਿਸ ਤਰ੍ਹਾਂ ਘਰ ਦੇ ਵਿੱਚ ਕੋਈ ਸਾਧਨ ਨਹੀਂ ਸੀ ਜਦੋਂ ਮੈਂ ਗੱਡੀ ਚਲਾ ਰਹੀ ਸੀ ਤੇ ਮਜ਼ਬੂਰੀ ਲਾ ਲਓ ਕਿ ਫਿਰ ਮੁੜੀ ਦਾ ਕੋਈ ਸਾਧਨ ਤੇ ਬਣਾਉਣੀ ਸੀ ਕਿੰਨਾ ਕੁ ਚਿਰ ਕਿਸੇ ਨੂੰ ਮੰਗ ਮੰਗ ਕੇ ਬੰਦਾ ਪੈਂਦਾ ਫਿਰ ਇਹ ਹਰ ਕੰਮ ਦੇ ਵਿੱਚ ਹਰ ਕੋਈ ਹੈ ਪਰ ਇਸ ਐਂਬੂਲੈਂਸ ਦੇ ਵਿੱਚ ਕੋਈ ਨਹੀਂ ਸੀ ਹੈਗਾ ਮੈਨੂੰ ਇਹ ਸੀ ਕਿ ਮੈਂ ਇੱਕ ਕੰਮ ਉਹ ਕਰਾਂ ਜਿਹੜਾ ਕਿਸੇ ਨਹੀਂ ਕੀਤਾ ਤਾਂ ਮੈਂ ਸਭ ਤੋਂ ਅੱਗੇ ਭੱਜਣਾ ਚਾਹੁੰਦੀ ਸੀ ਪਰ ਇਹ ਨਹੀਂ ਸੀ ਪਤਾ ਕਿ ਇਸ ਲੈਣ ਦੇ ਵਿੱਚ ਆ ਕੇ ਮੈਂ ਅੱਗੇ ਭੱਜਾਂ ਬੈਠੋ ਜਿੰਨੇ ਟਾਈਮ ਚ ਤੁਸੀਂ ਅੱਗੇ ਜਾਂਦੇ ਉਸ ਤੋਂ ਪਹਿਲਾਂ ਤੁਹਾਨੂੰ ਪਹੁੰਚਾਵਾਂਗੇ ਆਪਣੇ ਬੱਚਿਆਂ ਨੂੰ ਪੂਰਾ ਹੱਕ ਦਿਓ ਕੱਲਾ ਆਪਾਂ ਮੁੰਡਿਆਂ ਨੂੰ ਹੱਕ ਦਿੰਦੇ ਕੁੜੀਆਂ ਨੂੰ ਕੋਈ ਨੀ ਹੱਕ ਅੱਜ ਤੱਕ ਮਿਲਦਾ ਮਾਂ ਬਾਪ ਨੂੰ ਚਾਹੀਦਾ ਕਿ ਕੁੜੀਆਂ ਨੂੰ ਬਰੋਬਰ ਦਾ ਰੱਖਣਾ ਚਾਹੀਦਾ ਜੇ ਮਾਂ ਬਾਪ ਹੀ ਨੀ ਬਰੋਬਰ ਰੱਖੇਗਾ ਤਾਂ ਕੌਣ ਰੱਖੇਗਾ ਕੋਈ ਨੀ ਜਾਂਦਾ ਉਸ ਤੋਂ ਬਾਅਦ ਮਾਂ ਬਾਪ ਨੂੰ ਇਹ ਕਰਨਾ ਚਾਹੀਦਾ ਧੀਆਂ ਵਾਸਤੇ ਸੋ ਤੁਹਾਡੀ ਫੈਮਿਲੀ ਵੱਲੋਂ ਤੁਹਾਨੂੰ ਪੂਰਾ ਸਪੋਰਟ ਹੈ ਨਹੀਂ ਮੈਨੂੰ ਕਿਸੇ ਦਾ ਕੋਈ ਸਪੋਰਟ ਨਹੀਂ ਸੀ ਸਪੋਰਟ ਸੀ ਜਦੋਂ ਮੇਰੀ ਮਾਂ ਜਿੱਤੀ ਸੀ ਉਸ ਤੋਂ ਬਾਅਦ ਮੈਨੂੰ ਕੋਈ ਕਿਸੇ ਦਾ ਸਪੋਰਟ ਨਹੀਂ ਲਿਆ ਨਾ ਭਰਾਵਾਂ ਦਾ ਨਾ ਘਰ ਵਾਲੇ ਦਾ ਮਤਲਬ ਕਿ ਕਿਸੇ ਦਾ ਵੀ ਕੋਈ ਸਪੋਰਟ ਨਹੀਂ ਸੀ ਹੈਗਾ ਕਿ ਮੈਂ ਆਪਣੀ ਕਮਾ ਕੇ ਖਾ ਰਹੀ ਹਾਂ ਮੈਂ ਕਿਸੇ ਅੱਗੇ ਮੁਹਤਾਜ ਨਹੀਂ ਕਿਸੇ ਦੀ ਹੈਗੀ ਥੈਂਕ ਯੂ ਸੋ ਮਚ ਮੈਮ ਇਹ ਮੇਰੇ ਹਿਸਾਬ ਨਾਲ ਇਹ ਲਾਈਵ ਐਗਜ਼ਾਮਪਲ ਨੇ ਤੁਹਾਡੇ ਸਾਹਮਣੇ ਵੁਮੈਨ ਇੰਪਾਵਰਮੈਂਟ ਲਈ ਔਰ ਮੈਂ ਤੁਹਾਡੇ ਲਈ ਚੀਜ਼ ਲੈ ਕੇ ਮੈਂ ਤੁਹਾਨੂੰ ਲਗਾ ਕੇ ਜਾਊਂਗਾ ਇਹ ਜਿਹੜਾ ਬੈਂਡ ਹੈ ਇਹ ਵੁਮੈਨ ਇੰਪਾਵਰਮੈਂਟ ਦਾ ਹੈ ਸੋ ਮੈਂ ਚਾਹੁੰਦਾ ਕਿ ਤੁਸੀਂ ਪਲੀਜ਼ ਇਸ ਬੈਂਡ ਨੂੰ ਲਗਾਓ ਔਰ ਤਾਂ ਕਿ ਲੋਕਾਂ ਦਾ ਕਿਉਂਕਿ ਤੁਸੀਂ ਇੱਕ ਐਸੀ ਪਰਸਨੈਲਿਟੀ ਹੋ ਜਿਹਨਾਂ ਦੇ ਥਰੂ ਬਹੁਤ ਸਾਰੇ ਲੋਕਾਂ ਨੂੰ ਮੈਸੇਜ ਮਿਲਦਾ ਸੋ ਤਾਂ ਕਿ ਲੋਕਾਂ ਤੱਕ ਇਹ ਮੈਸੇਜ ਜਿਹੜਾ ਇੱਦਾਂ ਹੀ ਜਾਂਦਾ ਰਹੇ ਕਿ ਨਾਰੀ ਜਿਹੜੀ ਹੈ ਉਹ ਕਿਸੇ ਨਾਲੋਂ ਘੱਟ ਨਹੀਂ ਹੈਗੀ ਮੈਂ ਤੁਹਾਨੂੰ ਇੱਥੇ ਇਹੀ ਕਹਿਣਾ ਚਾਹਾਂਗੀ ਕਿ ਮੈਂ ਜਿਸ ਤਰ੍ਹਾਂ ਜਸਪਾਲ ਭੱਟੀ ਜੀ ਨੂੰ ਵੀ ਲੈ ਕੇ ਗਈ ਸੀ ਔਰ ਜਸਪਾਲ ਭੱਟੀ ਜੀ ਨੂੰ ਜਿਸ ਨੂੰ ਮੈਂ ਲੈ ਕੇ ਗਈ ਸੀ ਤੇ ਉਹਨਾਂ ਦੀ ਇੱਕ ਸੋਚ ਸੀ ਕਿ ਜਦੋਂ ਉਹਨਾਂ ਦੀ ਮਾਤਾ ਨੇ ਜਨਮ ਦਿੱਤਾ ਸੀ ਉਹਨਾਂ ਦਾ ਨਾਮ ਵੀ ਮਨਜੀਤ ਕੌਰ ਸੀ ਤੇ ਲਾਸਟ ਟਾਈਮ ਵੀ ਛੱਡਣ ਮਨਜੀਤ ਕੌਰ ਹੀ ਜਾਵੇ ਔਰ ਮੇਰੀ ਵੇਟ ਕਰਦੇ ਰਹੇ ਜਦ ਤੱਕ ਮੈਂ ਆਈ ਨਹੀਂ ਫਿਰ ਮੈਂ ਉਹਨਾਂ ਦੀ ਬੋਡੀ ਚੰਡੀਗੜ੍ਹ ਛੱਡ ਕੇ ਆਈ ਸੀ ਥੈਂਕ ਯੂ ਸੋ ਮਚ ਮੈਮ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ